ਜਦੋਂ ਦਾ ਕਰੋਨਾ ਚਾਲੂ ਸੀਗਾ ਉਹਦਾ ਅਸਰ ਤਾਂ ਸੀਗਾ ਮਾਰਕੀਟ ਦੇ ਵਿੱਚ ਕਾਫੀ, ਲੇਕਿਨ ਹੁਣ ਜਿਸ ਤਰ੍ਹਾਂ ਅੱਜ ਤੋਂ ਨਰਾਤੇ ਸ਼ੁਰੂ ਹੋਏ ਨੇ, ਉਮੀਦ ਹੈ ਕਿ ਕੰਮ ਅੱਛਾ ਹੋਣਾ ਚਾਹੀਦਾ, ਮਾਰਕੀਟ ਚੱਲਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਸਾਡੇ ਹੁਣ ਐਮ ਕੌਰ ਜਵੈਲਰਸ ਐਮੀਨਟ ਮਾਲ ਦੇ ਵਿੱਚ ਸਾਡੀ ਸ਼ੋਪਸ ਹੈ ਔਰ ਹਰ ਤਰ੍ਹਾਂ ਦੀ ਕਸਟਮਰ ਵਾਸਤੇ ਸੁਵਿਧਾ ਰੱਖੀ ਹੋਈ ਹੈ ਔਰ ਟੋਟਲ ਮਾਲ ਜੋ ਸਾਡਾ ਇੱਥੇ ਹੋਲ ਮਾਰਕਿੰਗ 'ਤੇ ਹੈ, ਚਾਹੇ ਉਹ ਗੋਲਡ 'ਚ ਹੈ ਜਾਂ ਡਾਇਮੰਡ ਦੇ ਵਿੱਚ ਹੈ। ਅੱਛੀ ਅੱਛੀ ਵਰਾਇਟੀਜ਼ ਮਿਲੇਗੀ ਗੋਲਡ ਦੇ ਵਿੱਚ ਵੀ, ਡਾਇਮੰਡ ਦੇ ਵਿੱਚ ਵੀ, ਕੁੰਦਨ ਦੇ ਵਿੱਚ, ਤਕਰੀਬਨ ਹਰ ਤਰ੍ਹਾਂ ਦੀ ਵਰਾਇਟੀ ਅਸੀਂ ਰੱਖੀ ਹੋਈ ਇੱਥੇ ਔਰ ਕਸਟਮਰ ਦਾ ਅਸੀਂ ਸਵਾਗਤ ਕਰਦੇ ਹਾਂ ਔਰ ਆ ਕੇ ਦੇਖਣ ਸਾਡੀ ਵਰਾਇਟੀ। ਸਾਰੇ ਸਾਡਾ ਟਰੇਡ ਹੋਪ ਲੈ ਕੇ ਬੈਠਾ ਹੈ ਕਿ ਕਰੋਨਾ ਦੀ ਇਸ ਮਹਾਂਮਾਰੀ ਤੋਂ ਬਾਅਦ ਕਿ ਸਾਡਾ ਟਰੇਡ ਚੱਲੇਗਾ। ਅਸੀਂ ਲੋਕ ਵੀ ਆਪਣੇ ਸਟੋਕ ਨੂੰ ਮੇਨਟੇਨ ਕਰਨੇ ਪਏ ਹਾਂ ਕਿ ਵੀ ਵੱਧ ਤੋਂ ਵੱਧ ਕਸਟਮਰ ਸਾਡੇ ਕੋਲ ਆਵੇ ਅਤੇ ਉਹਨਾਂ ਨੂੰ ਅਸੀਂ ਪ੍ਰਪੋਜ਼ ਕਰ ਸਕੀਏ ਕਿ ਵੀ ਇਹ ਚੀਜ਼ਾਂ ਨੂੰ ਬਾਏ ਕਰਨ। ਕੁਛ ਸਰਕਮਸਟਾਂਸਿਸ ਇਸ ਵੇਲੇ ਵਪਾਰ ਦੇ ਐਸੇ ਨੇ ਕਿ ਲੋਕਾਂ ਕੋਲ ਥੋੜ੍ਹੀ ਮਨੀ ਸ਼ੋਰਟੇਜ ਹੈ, ਲੇਕਿਨ ਸਭ ਦੀ ਅਸੀਂ ਸਾਰੇ ਵਪਾਰੀ ਬੈਸਟ ਹੋਪ 'ਚ ਹੀ ਹਾਂ ਕਿ ਵਪਾਰ ਚੱਲੇ। ਇਸ ਕੜੀ ਸਿਸਟਮ ਹੈਗਾ, ਜਿਸ ਵੇਲੇ ਇੱਕ ਦਾ ਵਪਾਰ ਚੱਲੇਗਾ ਤਾਂ ਸਭ ਦਾ ਸਾਈਕਲ ਸਰਕਲ ਬਣੇਗਾ। ਜਿਹੜੀਆਂ ਵੱਡੀਆਂ ਕੰਪਨੀਆਂ ਲੱਗੀਆਂ ਹੋਈਆਂ ਉਹਨਾਂ ਨੇ ਆਪਣੇ ਘਰ 'ਚ 4-6-10 ਘਰਾਂ 'ਚ ਫੈਲੇਗਾ। ਜੇ ਇਹ ਲੋਕਲ ਮਾਰਕੀਟ ਦੇ ਨਾਲ ਵਪਾਰ ਚੱਲੇਗਾ ਤਾਂ ਸਾਰੇ ਹਿੰਦੁਸਤਾਨ ਦਾ ਵਪਾਰ ਤੇਜ਼ੀ ਨਾਲ ਵਧੇਗਾ। ਮੈਂ ਗੌਰਮੈਂਟ ਨੂੰ ਵੀ ਇਹ ਕਹਾਂਗਾ ਕਿ ਸਾਡੇ ਵਪਾਰਾਂ ਵਾਸਤੇ ਉਹ ਜਿੰਨੀ ਕੁ ਫੈਸਿਲਿਟੀ ਦੇ ਸਕਦੇ ਨੇ ਉੱਧਰ ਧਿਆਨ ਕਰਨ, ਅਤੇ ਸਾਡੇ ਵਪਾਰੀਆਂ ਵੱਲੋਂ ਤਾਂ ਸਭ ਤਰ੍ਹਾਂ ਦਾ ਇਹ ਸਹਿਯੋਗ ਮਿਲੇਗਾ ਹੀ ਮਿਲੇਗਾ। ਇਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਏਗੀ। ਅਗਲੇ ਟਾਈਮ 'ਚ ਹੋਪ ਹੈ ਕਿ ਅਗਲੇ ਫੈਸਟੀਵਲ ਦਿਨ ਨੇ, ਦੀਪਾਵਲੀ ਆ ਰਹੀ ਹੈ, ਅੱਗੋਂ ਵਿਆਹ ਸ਼ਾਦੀ ਦਾ ਸੀਜ਼ਨ ਹੈ, ਅਤੇ ਲੋਕਾਂ ਦੀ ਇਹੋ ਹੀ ਆਸ ਹੈ ਕਿ ਕੰਮ ਚੱਲੇਗਾ।